ਕਾਦੀਆਂ ਵਿੱਚ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨ ਹੀ ਇੱਕ ਵਪਾਰੀ ਨੂੰ ਮਾਰ ਕੇ ਉਸ ਤੋਂ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਬੁੱਧਵਾਰ ਦੇਰ ਰਾਤ ਨੂੰ ਡਕੈਤਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਵਿੱਚੋਂ ਕੀਮਤੀ ਸਮਾਨ ਜਿਵੇਂ LCD, ਮੋਬਾਈਲ, ਟੈਬਲੇਟ ਆਦਿ ਅਤੇ 40,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਸੰਬੰਧੀ SHO ਕਾਦੀਆਂ ਹਰਜਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਦੇ ਆਧਾਰ 'ਤੇ ਫਿੰਗਰਪ੍ਰਿੰਟ ਲੈ ਲਏ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਦੀਆਂ ਦੇ ਵਿੱਚ ਅਲਮੋਨੀਅਮ ਦੀ ਫਿਟਿੰਗ ਦੀ ਦੁਕਾਨ ਕਰਦਾ ਜੀ, ਦਰਵਾਜ਼ੇ ਖਿੜਕੀਆਂ ਦੀ। ਇਹਦਾ ਘਰ ਵਾ ਜਿਹੜਾ ਇੱਥੇ ਕਾਦੀਆਂ ਤੋਂ ਜਿਹੜਾ ਨੰਗਲਾ ਬਾਗਵਾਨਾ ਥਾਣੀ ਰਸਤਾ ਜਾਂਦਾ ਹੈ ਕਾਲਵਾਂ ਨੂੰ, ਉਹ ਸੜਕ 'ਤੇ ਪੈਂਦਾ ਜੀ। ਕਾਲਵਾਂ ਦੇ ਬਾਹਰ ਇਹਨੇ ਸਾਨੂੰ ਤਲਾਹ ਦਿੱਤੀ ਹੈ ਵੀ ਮੇਰੇ ਰਾਤ ਕੋਈ ਨਾਮੂ ਵਿਅਕਤੀ ਘਰ ਵਿੱਚੋਂ ਘਰ ਦਾ ਤਾਲਾ ਤੋੜ ਕੇ ਮੇਨ ਗੇਟ ਦਾ ਅੰਦਰ ਦਾਖਲ ਹੋ ਕੇ LCD, ਮੋਬਾਈਲ ਫੋਨ ਅਤੇ ਹੋਰ ਸਮਾਨ ਜਿਸ ਵਿੱਚ ਟੈਬ ਆ ਕੋਈ ਚੋਰੀ ਕਰਕੇ ਲੈ ਗਏ ਆ ਜੀ, ਅਤੇ ਤਫਤੀਸ਼ ਚੱਲ ਰਹੀ, ਫਿੰਗਰ ਪ੍ਰਿੰਟ ਮਾਰ ਸਕਿਆ ਹੋਇਆ, ਜੋ ਤੱਥ ਸਾਹਮਣੇ ਆਉਣਗੇ ਹਟਾਊਗਾ।